Hi Naman, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬ੍ਰੇਜ਼ੀਆ ਟੀਵੀ ਬਹੁਤ ਬਹੁਤ ਧੰਨਵਾਦ ਤੇ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਲਾਈਵ ਦੇ ਉੱਤੇ ਹਾਂਜੀ ਹੁਣ ਤੁਸੀਂ ਫਾਈਨਲੀ ਮੈਂ ਤੁਹਾਨੂੰ ਉਦੋਂ ਕਿਹਾ ਸੀਗਾ ਛੇਤੀ ਪਹੁੰਚੋ ਤੇ ਤੁਸੀਂ ਛੇਤੀ ਪਹੁੰਚੇ ਆ ਹੁਣ ਤੁਸੀਂ ਬੁਲਾਇਆ ਆ ਬ੍ਰੇਜ਼ੀਆ ਲਾਈਵ ਲਈ ਜੋ ਸ਼ੋਅਜ਼ ਹੋ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬ੍ਰੇਜ਼ੀਆ ਚੈਨਲ ਵਾਲਿਆਂ ਦਾ ਸ਼ੁਰੂ ਤੋਂ ਤੁਸੀਂ ਬਹੁਤ ਸਪੋਰਟ ਕੀਤੀ ਆ ਹੁਣ ਤੁਹਾਡੀ ਖਾਤਰਦਾਰੀ ਲਈ ਆਏ ਆ Super excited, Britisha Uni Tour de har ek show de vich ho tusi. Dhanwad. And it's gonna be amazing. Pehli baar perform kar rahe ho. Haan ji. How excited are you? Because pehli baar performance hai. मैं इंडिया दे विच वी कदी परफॉर्म नहीं किया पहली बारी परफॉर्म कर रहा इत्थे ब्रिटिशिया वल्लों है ना तो मैं शुरू तो चाहिया सीगा कि क्योंकि यूके तो मेरी जिहड़ी सिंगिंग करियर स्टार्ट सीगा तो मैनूं इही गया कि यूके तो ही मैं शोज़ वगैरह है ना थोड़ा जिहा बंदे दी एक सेंटीमेंटल एक बंदा जुड़िया हुंदा ना कि मैं इत्थों शुरू करना तां करके फिर जदों मैं ना कॉन्टैक्ट किया भाजी होना मैनूं इही गया कि ਇਹ ਰਾਈਟ ਟਾਈਮ ਮੈਂ ਪਰਫਾਰਮ ਕਰਨ ਦਾ ਹਾਂ ਪਹਿਲਾਂ ਸ਼ੋਜ਼ ਵਗੈਰਾ ਆਉਂਦੇ ਸੀਗੇ ਪਰ ਮੈਂ ਕਦੇ ਕੀਤੇ ਨਹੀਂ ਮੈਨੂੰ ਇਹ ਸੀਗਾ ਇੱਕ ਬੰਦੇ ਦੀ ਖੁਦ ਹੀ ਰਹਿ ਗਿਆ ਹਾਂ ਕਿ ਇੱਥੋਂ ਸ਼ੁਰੂ ਕਰਨਾ ਸੋ ਹੁਣ ਮੌਕਾ ਮਿਲਿਆ ਆ ਅਤੇ ਇੱਥੋਂ ਆਪਾਂ ਸਟਾਰਟ ਕਰਦੇ ਵਧੀਆ ਤਰੀਕੇ ਨਾਲ ਹੋਪਫੁਲੀ ਤੁਸੀਂ ਇੰਨਾ ਵਧੀਆ ਪ੍ਰਮੋਟ ਕਰ ਰਹੇ ਹੋ ਇੰਨਾ ਸੋਹਣਾ ਸ਼ੋਅ ਔਰਗਨਾਈਜ਼ ਕੀਤਾ ਹੈ ਨਾ ਹਰ ਜਗ੍ਹਾ 'ਤੇ ਇੰਨਾ ਪ੍ਰਮੋਟ ਕਰ ਰਹੇ ਹੋ ਵਧੀਆ ਤਰੀਕੇ ਨਾਲ ਅਤੇ ਸੁਪਰ ਐਕਸਾਈਟਡ ਐਂਡ ਆਈ ਹੋਪਫੁਲੀ ਕੈਂਟ ਹੋਵੇ ਵਧੀਆ ਜਾਵੇਗਾ ਧੰਨਵਾਦ ਜੀ ਬਹੁਤ ਹੀ ਵਧੀਆ ਲਾਈਨਅਪ ਵੀ ਹੈ ਤੇ ਤੁਸੀਂ ਬਹੁਤ ਸਾਰੇ ਆਰਟਿਸਟਾਂ ਦੇ ਨਾਲ ਪਰਫਾਰਮ ਕਰ ਰਹੇ ਹੋ ਬਟ ਨਵਾਨ ਉਹੀ ਆਈ ਥਿੰਕ ਸਾਰਿਆਂ ਨੂੰ ਬੈਕਗ੍ਰਾਉਂਡ ਸਟੋਰੀ ਪਤਾ ਕਿਉਂਕਿ ਆਪਾਂ ਪਹਿਲਾਂ ਵੀ ਇੱਕ ਇੰਟਰਵਿਊ ਕਰ ਚੁੱਕੇ ਹਾਂ ਬਟ ਬਹੁਤ ਸਾਰਿਆਂ ਨੂੰ ਇਦਾਂ ਲੱਗਦਾ ਵੀ ਤੁਸੀਂ ਯੂਕੇ ਤੋਂ ਹੀ ਬਿਲੋਂਗ ਕਰਦੇ ਆ ਬਿਕੋਜ਼ ਯੂ ਸੈਟ ਦੈਟ ਵਾਈਬ ਨਾ ਪਹਿਲਾਂ ਤੋਂ ਹੀ ਨਹੀਂ ਇਹ ਸੱਚੀ ਇਹ ਦੱਸਣਾ ਜ਼ਰੂਰੀ ਆ ਕਿ ਮੈਂ ਚੱਕਰੇ ਆ ਕਿ ਮੈਂ ਅੰਮ੍ਰਿਤਸਰ ਤੋਂ ਹਾਂ ਅਤੇ ਸ਼ੁਰੂ ਤੋਂ ਜਿਵੇਂ ਮਿਊਜ਼ਿਕ ਮੇਨਲੀ ਜਿਹੜਾ ਮੈਨੂੰ ਇੰਸਪਾਇਰ ਕਰਦਾ ਰਿਹਾ ਇੰਗਲੈਂਡ ਦਾ ਹੀ ਸੀਗਾ ਹੈ ਨਾ ਯੂਕੇ ਮਿਊਜ਼ਿਕ ਦਾ ਬੜਾ ਵੱਡਾ ਪ੍ਰਭਾਵ ਆ ਪੰਜਾਬੀ ਆਡੀਅੰਸ ਦੇ ਉੱਤੇ ਅਤੇ ਮੇਰੇ ਖਿਆਲ ਨਾਲ ਉਹ ਚੀਜ਼ਾਂ ਕਰਨ ਦੇ ਨਾਲ ਸਟਾਈਲ ਉਵੇਂ ਦੇ ਅਤੇ ਲਾਈਕ ਉਹ ਚੀਜ਼ ਅੰਦਰ ਆ ਗਈ ਕੱਪੜੇ ਪਾਉਣ ਦਾ ਢੰਗ ਗਾਉਣ ਦਾ ਢੰਗ ਹੈ ਨਾ ਸਟਾਈਲ ਤਾਂ ਕਰਕੇ ਲੋਕ ਸਮਝਦੇ ਮੈਂ ਯੂਕੇ ਤੋਂ ਬਟ ਓਰੀਜਨਲੀ ਮੈਂ ਅੰਮ੍ਰਿਤਸਰ ਤੋਂ ਹਾਂਜੀ ਕਿਉਂਕਿ ਆਈ ਰਿਮੈਂਬਰ ਜਦੋਂ ਆਪਾਂ ਪਹਿਲੀ ਵਾਰ ਗੱਲ ਕੀਤੀ ਸੀ ਉਦੋਂ ਵੀ ਮੈਂ ਇਹੀ ਪੁੱਛਿਆ ਸੀ ਆਈ ਥਿੰਕ ਨਾ ਤੁਸੀਂ ਯੂਕੇ ਤੋਂ ਗਏ ਹੋ ਇੰਡੀਆ ਕੰਮ ਕਰਨ ਲਈ ਜਾਂ ਯੂ ਫਰਮ ਇੰਡੀਆ ਨਹੀਂ ਮੈਂ ਇੰਡੀਆ ਤੋਂ ਬਿਲੋਂਗ ਕਰਦਾ ਅੰਮ੍ਰਿਤਸਰ ਤੋਂ ਤੇ ਯੂਕੇ ਕੰਮ ਕਰਦੇ ਰਹਿੰਦੇ ਆ ਤਾਂ ਤੁਹਾਡੇ ਕੋਲ ਆਈਦਾ ਆ ਆਫਕੋਰਸ ਯੂਕੇ ਤਾਂ ਤੁਹਾਡਾ ਗੇੜਾ ਬਹੁਤ ਵਾਰ ਸੋ ਬੇਸਿਕਲੀ ਯੂਕੇ ਆਡੀਅੰਸ ਨੇ ਪਿਆਰ ਬਹੁਤ ਦਿੱਤਾ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਇਦਾਂ ਹਨਾ ਤੁਸੀਂ ਇੱਕ ਮਿਊਜ਼ਿਕ ਦੇ ਫੈਨ ਹੋ ਯੂਕੇ ਮਿਊਜ਼ਿਕ ਨੂੰ ਤੁਸੀਂ ਫੋਲੋ ਕਰਦੇ ਹੋ ਅਤੇ ਉਹੀ ਮਿਊਜ਼ਿਕ ਦੇ ਵਿੱਚ ਤੁਹਾਨੂੰ ਆਡੀਅੰਸ ਵੀ ਅਸੈਪਟ ਕਰ ਰਹੀ ਹੈ ਸੋ ਬਹੁਤ ਵਧੀਆ ਲੱਗਦਾ ਹੈ ਨਾ ਇੰਨੀ ਸਪੋਰਟ ਮਿਲਦੀ ਯੂਕੇ ਯੂਰਪ ਅਤੇ ਮੇਨਲੀ ਚੈਨਲਸ ਬਹੁਤ ਹੈਲਪ ਕਰਦੇ ਆ ਹੈ ਨਾ ਬ੍ਰਿਟਿਸ਼ੀਆਂ ਨੇ ਸ਼ੁਰੂ ਤੋਂ ਬਹੁਤ ਹੈਲਪ ਕੀਤੀ ਆ ਸੋ ਬਹੁਤ ਬਹੁਤ ਧੰਨਵਾਦੀ ਆ ਜੀ ਨਹੀਂ ਨਹੀਂ ਵੀ ਵੈਰੀ ਥੈਂਕਫੁਲ ਟੂ ਯੂ ਵੀ ਤੁਸੀਂ ਟਾਈਮ ਕੱਢ ਕੇ ਪਹੁੰਚੇ ਹੋ ਨਵਾਨ ਇੱਕ ਚੀਜ਼ ਜਿਹੜੀ ਹੁਣ ਆਪਾਂ ਸਟਾਰਟਿੰਗ ਦੇ ਵਿੱਚ ਹੀ ਮੈਂਸ਼ਨ ਕੀਤੀ ਪਰਫਾਰਮੈਂਸ ਦੀ ਵੀ ਅਕਸਰ ਇੱਕ ਜਿਹੜਾ ਆਰਟਿਸਟ ਹੁੰਦਾ ਹੈ ਉਹਦਾ ਇਹੀ ਕੰਮ ਹੈ ਵੀ ਉਹਨਾਂ ਨੇ ਗਾਣੇ ਪੁੱਟ ਆਊਟ ਕਰਕੇ ਫਿਰ ਉਹਨਾਂ ਨੇ ਸ਼ੋਜ਼ ਲਾਉਣੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਸਟੈਬਲਿਸ਼ ਹੋਇਆ ਤੁਸੀਂ ਕਾਫੀ ਟਾਈਮ ਤੋਂ ਰਿਲੀਜ਼ ਕਰ ਰਹੇ ਹੋ ਗਾਣੇ ਪੋਪ ਆਫ ਬਹੁਤ ਕਰ ਰਹੇ ਨੇ ਗਾਣੇ ਯੂਕੇ ਦੇ ਵਿੱਚ ਹੋ ਗਏ ਚਾਰਟਸ ਦੇ ਵਿੱਚ ਆਪਾਂ ਬਹੁਤ ਵਾਰ ਦੇਖੇ ਨੇ ਪਰ ਫਿਰ ਤੁਸੀਂ ਕਿਹਾ ਵੀ ਤੁਸੀਂ ਯੂਕੇ ਪਰਫਾਰਮੈਂਸ ਕਰਨਾ ਚਾਹੁੰਦੇ ਸੀ ਉਹ ਤਾਂ ਮੌਕਾ ਪਹਿਲਾਂ ਵੀ ਮਿਲਿਆ ਹੋਣਾ ਨਾ ਮੌਕੇ ਸੀਗੇ ਇੱਕ ਹੁੰਦਾ ਨਾ ਕਿ ਰਾਈਟ ਟਾਈਮ ਬੰਦਾ ਮੈਂਟਲੀ ਪ੍ਰਪੇਅਰ ਹੁੰਦਾ ਇਹ ਚੀਜ਼ਾਂ ਲਈ ਸਟੱਫ ਹੋਣਾ ਬਹੁਤ ਜ਼ਰੂਰੀ ਆ ਤੁਹਾਡੇ ਕੋਲ ਵੇਖੋ ਇੱਕ ਦੋ ਗਾਣੇ ਰਿਲੀਜ਼ ਕਰਕੇ ਸਟੇਜ 'ਤੇ ਚੜ੍ਹ ਜਾਣਾ ਫਿਰ ਆਡੀਅੰਸ ਦੀ ਡਿਮਾਂਡ ਹੋਣੀ ਕੁਛ ਹੋਰ ਵੀ ਆਵੇ ਹੋਰ ਵੀ ਆਵੇ ਉਦੋਂ ਫਿਰ ਡਿਸਅਪੁਆਇੰਟ ਕੋਈ ਹੋਵੇ ਇਸ ਤੋਂ ਚੰਗਾ ਤੁਸੀਂ ਪ੍ਰੋਪਰਲੀ ਪ੍ਰਪੇਅਰ ਹੋ ਕੇ ਆਓ ਰੈਡੀ ਹੋ ਕੇ ਆਓ ਪਹਿਲਾਂ ਮੈਂ ਰੈਡੀ ਇਸ ਕਰਕੇ ਨਹੀਂ ਕਿਉਂਕਿ ਕੁਛ ਇੰਨਾ ਜ਼ਿਆਦਾ ਸਟੱਫ ਰਿਲੀਜ਼ ਨਹੀਂ ਸੀ ਕੀਤਾ ਜਾਂ ਕੁਛ ਇੰਨਾ ਮਿਊਜ਼ਿਕ ਨਹੀਂ ਸੀਗਾ ਹੁਣ ਮੈਨੂੰ ਇੱਦਾਂ ਲੱਗਦਾ ਕਿ ਹਰ ਜੋਨਰ ਦਾ ਹਰ ਇੱਕ ਏਜ ਦੇ ਬੰਦੇ ਲਈ ਹੈ ਨਾ ਮਿਊਜ਼ਿਕ ਮੇਰਾ ਹੈਗਾ ਹੁਣ ਕੋਈ ਵੀ ਆਡੀਅੰਸ ਮੈਂ ਪਰਫਾਰਮ ਕਰਦਾ ਅਤੇ ਹੋਪਫੁਲੀ ਕੋਈ ਡਿਸਅਪੁਆਇੰਟ ਹੋਵੇ ਇੱਦਾਂ ਦਾ ਕੋਈ ਚਾਂਸ ਨਹੀਂ ਆ ਤਾਂ ਕਰਕੇ ਹੁਣ ਮੈਂਟਲੀ ਪ੍ਰਪੇਅਰ ਹਾਂ ਇੱਕ ਹੁਣ ਵੈਸੇ ਹੀ ਮਨੋ ਆ ਕਿ ਮੈਂ ਪਰਫਾਰਮ ਕਰਨਾ ਚਾਹੁੰਦਾ ਹੁਣ ਤਾਂ ਕਰ ਰਹੇ ਹਾਂ ਇੱਕ ਵਧੀਆ ਤਰੀਕੇ ਸ਼ੋਜ਼ ਦੇ ਵਿੱਚ ਬੰਦਾ ਰੀਪ੍ਰਜੈਂਟ ਵਧੀਆ ਤਰੀਕੇ ਨਾਲ ਹੋਣਾ ਫਿਰ ਸ਼ੋਅ ਔਰਗਨਾਈਜ਼ ਵਧੀਆ ਤਰੀਕੇ ਨਾਲ ਕੀਤੇ ਹੋਣੇ ਹੈ ਨਾ ਬ੍ਰਿਟਿਸ਼ੀਆਂ ਨਾਲ ਰਿਲੇਸ਼ਨ ਵੀ ਕਿੱਡਾ ਘੈਂਟ ਆ ਕਰ ਰਹੇ ਆ ਜਦੋਂ ਮੇਰੇ ਨਾਲ ਕੰਟੈਕਟ ਕੀਤਾ ਮੈਨੂੰ ਵਧੀਆ ਲੱਗਿਆ ਕਿ ਹਾਂ ਕਿ ਹੁਣ ਮੌਕਾ ਤਾਂ ਸੀ ਹੈ ਨਾ ਕਿ ਪਰ ਇਹ ਰਾਈਟ ਟਾਈਮ ਦੇ ਉੱਤੇ ਵਧੀਆ ਇੱਕ ਓਪਰਚੁਨਿਟੀ ਆਪਾਂ ਕਰਦੇ ਹਾਂ ਇੱਕ ਤਾਂ ਰਿਲੇਸ਼ਨ ਸਟਰੋਂਗ ਹੁੰਦੇ ਆ ਨਾਲ ਇਹ ਕਿ ਜੋ ਮਨ ਦੇ ਵਿੱਚ ਸੋਚਿਆ ਸੀ ਉਹ ਕਰਨ ਜਾ ਰਹੇ ਹਾਂ ਬਹੁਤ ਸਾਰੇ ਯੂਕੇ ਮਿਊਜ਼ਿਕ ਪ੍ਰੋਡਿਊਸਰਸ ਦੇ ਨਾਲ ਤੁਸੀਂ ਕੰਮ ਕੀਤਾ ਹੈ
ਯੂਕੇ ਹੀ ਕਿਉਂ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਸਾਰਾ 뮤직 ਪ੍ਰੋਡਿਊਸ ਹੋ ਰਿਹਾ ਹੈ ਬਹੁਤ ਸਾਰੇ ਆਰਟਿਸਟ ਉੱਥੇ ਦੇ ਨੇ ਪ੍ਰੋਡਿਊਸਰਸ ਬਹੁਤ ਨੇ ਉੱਥੇ ਦੇ ਤੁਸੀਂ ਐਕਚੁਅਲੀ ਸੈਂਟਰ 'ਚ ਰਹਿੰਦੇ ਹੋ ਜਿੱਥੇ ਸਾਰੇ ਹੀ ਰਹਿੰਦੇ ਨੇ ਸੋ ਇੱਦਾਂ ਦਾ ਕੀ ਸੀ ਵੀ ਤੁਸੀਂ ਯੂਕੇ ਹੀ ਆਡੀਅੰਸ ਵਾਲਾ 뮤직 ਕ੍ਰੀਏਟ ਕੀਤਾ 뮤직 ਮੈਂ ਪਹਿਲਾਂ ਵੀ ਬਣਾ ਚੱਕਿਆ ਸੀਗਾ ਲਾਈਕ 3-4 ਮਿਊਜ਼ਿਕ ਪ੍ਰੋਡਿਊਸਰ ਸੀਗੇ ਬਟ ਲੱਕੀਲੀ ਯੂਕੇ ਤੋਂ ਸ਼ੁਰੂ ਹੋਏ ਹੈ ਨਾ ਮਨੀ ਹੁਣਾਂ ਨਾਲ ਵਧੀਆ ਕੰਟੈਕਟ ਬਣ ਗਿਆ ਗਾਣੇ ਬਣਾਏ ਰਿਲੀਜ਼ ਕੀਤੇ ਸੋਹਣੇ ਚੱਲ ਗਏ ਫਿਰ ਲੋਕ ਇਹ ਸੋਚਦੇ ਸੀਗੇ ਕਿ ਆਡੀਅੰਸ ਸਾਰੀ ਹੈ ਨਾ ਯੂਕੇ ਦੀ ਆ ਲਾਈਕ ਕਰਦੀ ਜਾਂ ਯੂਕੇ ਤੋਂ ਸਪੋਰਟ ਆ ਯੂਕੇ ਦਾ ਆਰਟਿਸਟ ਆ ਫਿਰ 2-4 ਗਾਣੇ ਮੈਂ ਇੰਡੀਆ 'ਤੇ ਵੀ ਬਣਾਏ ਪਏ ਸੀਗੇ ਗਾਣੇ ਸ਼ੁਰੂ ਤੋਂ ਜਿੰਨੇ ਵੀ ਮੇਰੇ ਆਏ ਬੈਸਟ ਆਫ ਬੈਸਟ ਬੈਸਟ ਆਫ ਬੈਸਟ ਹੁੰਦਾ ਗਿਆ ਫਿਰ ਜਦੋਂ ਮੈਂ 2 ਅਸਲੇ ਬਲੈਕ ਲਾਈਫ ਕੀਤਾ ਨਵੇਂ ਪ੍ਰੋਡਿਊਸਰ ਸੀਗੇ ਉਹਨਾਂ ਨੂੰ ਵੀ ਬਹੁਤ ਵਧੀਆ ਹੰਗਾਰਾ ਮਿਲਿਆ ਫਿਰ ਮੈਨੂੰ ਸੀਗਾ ਕਿ ਇੱਕ ਹੀ ਜੋਨਰ ਦੇ ਵਿੱਚ ਕਰ ਕਰਕੇ ਇੱਕ ਆਡੀਅੰਸ ਤਾਂ ਮੈਂ ਬਣਾ ਚੁੱਕਿਆ ਸੋ ਬੈਟਰ ਮੈਨੂੰ ਕੁਛ ਹੋਰ ਟਰਾਈ ਕਰਨਾ ਚਾਹੀਦਾ ਹੈ ਫਿਰ ਮੈਂ ਤਾਂ ਇੰਡੀਅਨ ਪ੍ਰੋਡਿਊਸਰਾਂ ਨਾਲ ਜਿਹੜੇ ਮੁੰਡਿਆਂ ਨਾਲ ਕੰਮ ਕਰਦਾ ਸੀਗਾ ਉਹਨਾਂ ਨਾਲ ਗਾਣੇ ਹੁਣ ਅੱਗੇ ਆਉਣ ਵਾਲਿਆਂ 'ਚ ਮਰਸੀ ਜੇ ਬੀ ਕਿੱਡ ਵਧੀਆ ਵਧੀਆ ਪ੍ਰੋਡਿਊਸਰ ਨੇ ਉਹਨਾਂ ਨਾਲ ਹੋਰ ਵੀ ਕਾਫੀ ਜੋਨਰਾਂ ਦੇ ਵਿੱਚ ਗਾਣੇ ਆ ਹੈ ਨਾ ਟੌਪਿਕ ਬੜੇ ਯੂਨੀਕ ਨੇ ਲੋਕਾਂ ਨੂੰ ਇਹ ਨਹੀਂ ਕਿ ਹਾਂ ਇਹ ਮੁੰਡਾ ਚੱਕਵੇਂ ਗਾ ਰਿਹਾ ਜਾਂ ਇੱਦਾਂ ਹਰ ਇੱਕ ਨੂੰ ਆਡੀਅੰਸ ਬਹੁਤ ਤਰੀਕੇ ਦੀ ਆ ਹਰ ਇੱਕ ਆਰਟਿਸਟ ਦੀ ਹਰ ਇੱਕ ਰਾਈਟਰ ਦੀ ਆਡੀਅੰਸ ਵੱਖਰੀ ਵੱਖਰੀ ਮੈਂ ਟਰਾਈ ਕਰ ਰਿਹਾ ਕਿ ਹਰ ਇੱਕ ਬੰਦੇ ਨੂੰ ਮੈਂ ਟਾਰਗੇਟ ਕਰਾਂ ਅਤੇ ਹਰ ਇੱਕ ਬੰਦੇ ਨੂੰ ਇਹ ਹੋਵੇ ਕਿ ਹਾਂ ਇਹ ਆਰਟਿਸਟ ਇੱਕ ਹਰ ਤਰੀਕੇ ਦਾ 뮤직 ਬਣਾਉਂਦਾ ਬਹੁਤ ਇੰਟਰਸਟਿੰਗ ਰਹੀ ਹੈ ਤੁਹਾਡੇ ਕਰੀਅਰ ਦੇ ਵਿੱਚ ਵੀ ਵੀਡੀਓਜ਼ ਦੀ ਜ਼ਰੂਰਤ ਨਹੀਂ ਪਈ ਤੁਹਾਡੇ ਗਾਣਿਆਂ ਨੂੰ ਵੀਡੀਓਜ਼ ਉਹ ਵੀ ਕੰਪਲੀਮੈਂਟਰੀ ਲਾ ਸਕਦੇ ਹਾਂ ਵੀ ਕਦੇ ਇੱਦਾਂ ਨਹੀਂ ਹੋਇਆ ਕਿ ਵੀਡੀਓ ਦੇ ਨਾਲ ਹੀ ਗੀਤ ਦਾ ਆਡੀਓ ਚੱਲਿਆ ਆ ਜਾਂ ਫਿਰ ਸਟ੍ਰੀਮਸ ਉਹਨੂੰ ਵੀਡੀਓ ਦੇ ਕਰਕੇ ਮਿਲਿਆ ਜਾਂ ਵੀਡੀਓ ਪਹਿਲਾਂ ਵੇਖੀ ਮੈਂ ਹਮੇਸ਼ਾ ਦਿਸ ਇਜ਼ ਮਾਈ ਪਰਸਨਲ ਐਕਸਪੀਰੀਅੰਸ ਵੀ ਜਦੋਂ ਤੁਹਾਡਾ ਗਾਣਾ ਆਉਂਦਾ ਆਈ ਸਟ੍ਰੀਮ ਇਟ ਫਸਟ ਦੈਨ ਫਿਰ ਜੇ ਉਹਦੀ ਵੀਡੀਓ ਤੁਸੀਂ ਕਰੀ ਹੁੰਦੀ ਹੈ ਤਾਂ ਅਸੀਂ ਦੇਖ ਲਈਦੀ ਹੈ ਦੈਟਸ ਅ ਵੈਰੀ ਵੈਰੀ ਗੁੱਡ ਥਿੰਗ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸ਼ੁਰੂ ਤੋਂ ਜਦੋਂ ਤੋਂ ਵੀ 뮤직 ਬਣਾਇਆ ਮੇਰੇ ਆਡੀਓ 'ਤੇ ਮੈਨੂੰ ਮੇਨ ਹਮੇਸ਼ਾ ਰਿਹਾ ਹੈ ਕਿ ਆਡੀਓ ਸਟਰੋਂਗ ਹੋਣਾ ਚਾਹੀਦਾ ਕਈ ਵਾਰੀ ਟਰੈਕ ਪ੍ਰਮੋਸ਼ਨਲੀ 100 ਹੈ ਨਾ ਟੈਕਨੀਕਲ ਪ੍ਰੋਬਲਮ ਕਰਕੇ ਰਹਿ ਜਾਂਦੇ ਆ ਬਟ ਜੇ ਤੁਹਾਡਾ ਆਡੀਓ ਵਧੀਆ ਆ ਤਾਂ ਤੁਹਾਨੂੰ ਆਡੀਅੰਸ ਵਾਸਤੇ ਮਿਲ ਜਾਂਦੀ ਹੈ ਹੈ ਨਾ ਆਡੀਓ ਐਟ ਦੀ ਐਂਡ ਆਫ ਦ ਡੇ ਆਡੀਓ ਤੁਹਾਡਾ ਲੋਕਾਂ ਦੇ ਫੋਨ ਦੇ ਵਿੱਚ ਹੁੰਦਾ ਵੀਡੀਓ ਤਾਂ ਬਹੁਤ ਘੱਟ ਦੇਖਦੇ ਆ 1-2-3 ਵਾਰ ਜੇ ਬਹੁਤ ਵਧੀਆ ਬਣ ਗਈ ਤਾਂ ਰਿਪੀਟ 'ਤੇ ਵੀ ਲੋਕ ਦੇਖਦੇ ਆ ਮੇਰਾ ਹਮੇਸ਼ਾ ਮੇਨਲੀ ਫੋਕਸ ਆਡੀਓ 'ਤੇ ਹੀ ਰਿਹਾ ਆ ਟਰਾਈ ਕੀਤੀ ਹੈ ਕਿ ਵੀਡੀਓ ਵੀ ਹਮੇਸ਼ਾ ਵਧੀਆ ਤੋਂ ਵਧੀਆ ਬਣੇ ਅਤੇ ਹੁਣ ਤੱਕ ਤਾਂ ਸਾਰਾ ਲੱਕੀਲੀ ਸਭ ਕੁਝ ਵਧੀਆ ਗਿਆ ਆ ਅੱਗੇ ਟਰਾਈ ਕਰਦੇ ਹਾਂ ਜੇ ਲੋਕ ਆਡੀਓ ਨੂੰ ਜ਼ਿਆਦਾ ਪਿਆਰ ਦਿੰਦੇ ਆ ਅਤੇ ਅੱਗੇ ਵੀਡੀਓਜ਼ ਇੰਨੀਆਂ ਕ੍ਰੀਏਟਿਵ ਜਾਂ ਕੁਛ ਵਧੀਆ ਲਿਆਈਏ ਤਾਂ ਕਿ ਆਡੀਓ ਨੂੰ ਤਾਂ ਪਿਆਰ ਮਿਲਦਾ ਹੀ ਆ ਵੀਡੀਓਜ਼ ਨੂੰ ਵੀ ਪਰ ਵਾਹਨ ਦੁਆਰਾ ਕਿਉਂਕਿ ਅਕਸਰ ਜਦ ਮੈਂ ਆਰਟਿਸਟਾਂ ਦੇ ਨਾਲ ਬੈਠਦੀ ਹਾਂ ਤਾਂ ਹਮੇਸ਼ਾ ਇਹੀ ਗੱਲ ਹੁੰਦੀ ਹੈ ਵੀ ਵੀਡੀਓ ਬਹੁਤ ਜ਼ਰੂਰੀ ਹੁੰਦੀ ਹੈ ਗਾਣਿਆਂ ਦੇ ਲਈ ਬਟ ਯੂ ਹੈਵ ਪ੍ਰੂਵਨ ਦ ਫੈਕਟ ਦੈਟ ਵੀ ਵੀਡੀਓ ਜ਼ਰੂਰੀ ਨਹੀਂ ਆਡੀਓ ਜ਼ਰੂਰੀ ਹੈ ਜ਼ਿਆਦਾ ਸੋ ਡੂ ਯੂ ਫੀਲ ਲਾਈਕ ਯੂ ਹੈਵ ਐਨ ਅਪਰ ਹੈਂਡ ਸਟਨੀ ਯੂਕੇ ਦੇ ਵਿੱਚ ਵੀ ਥੋੜ੍ਹਾ ਜਿਹਾ ਇੱਕ ਅਪਰ ਹੈਂਡ ਮਿਲ ਜਾਂਦਾ ਆ ਥੋੜ੍ਹਾ ਇੱਕ ਫਾਇਦਾ ਵੀ ਹੈ ਵੀ ਯੂ ਨੋ ਆਡੀਓਜ਼ ਇਨ ਇਹ ਸਟਰੋਂਗ ਨੇ ਅੱਜ ਕੱਲ੍ਹ ਜਿਵੇਂ ਬੰਦਾ ਇਨਵੈਸਟ ਕਰੇ ਇਹਦੇ ਵਿੱਚ ਸ਼ੋਰ ਨਹੀਂ ਕਿ ਤੁਹਾਨੂੰ ਜਿੰਨਾ ਇਨਵੈਸਟ ਕੀਤਾ ਉਹਨਾਂ ਵਾਪਸ ਵੀ ਆਉਂਦਾ ਆ ਸੋ ਆਡੀਓ ਹੀ ਚੱਲਦਾ ਆ ਆਡੀਓ ਦੀ ਹੀ ਲਾਈਫ ਹੁੰਦੀ ਆ ਵੀਡੀਓ ਕਈ ਵਾਰੀ ਖਰਾਬ ਵੀ ਹੋ ਜਾਵੇ ਅਤੇ ਆਡੀਓ ਤੁਹਾਡਾ ਤੁਹਾਨੂੰ ਕਈ ਵਾਰੀ ਹੈ ਨਾ ਕਹਿੰਦੇ ਆਰਟਿਸਟ ਡੁੱਬਣ ਨਹੀਂ ਦਿੰਦਾ ਤਾਂ ਕਰਕੇ ਮੇਰਾ ਮੇਨਲੀ ਫੋਕਸ ਹੀ ਇਹ ਕਿ ਆਡੀਓ ਵਧੀਆ ਆ ਆਰਟਿਸਟ ਨੂੰ ਤਾਂ ਇਹ ਲਾਏ ਆ ਵਾਪਸ ਆਉਣੇ ਚਾਹੀਦੇ ਆ ਹੈ ਨਾ ਅਤੇ ਆਡੀਓ ਤੋਂ ਹੀ ਮੇਨ ਕਮਾਈਆਂ ਰਹਿ ਗਈਆਂ ਨੇ ਹੁਣ ਸੀਡੀਜ਼ ਉਹਨਾਂ ਦਾ ਤਾਂ ਟਾਈਮ ਆਡੀਓ ਸਾਰਾ ਡਿਜੀਟਲੀ ਕੰਮ ਚੱਲਦਾ ਹੈ ਆਰਟਿਸਟ ਨੂੰ ਹੁਣ ਕਰੋਨਾ ਤੁਹਾਨੂੰ ਪਤਾ ਪਿੱਛੇ ਜੇ ਸਾਰਾ ਕੁਛ ਸ਼ੋਜ਼ ਦਾ ਵਗੈਰਾ ਦਾ ਖਤਮ ਹੋ ਗਿਆ ਸੀਗਾ ਅਤੇ ਆਰਟਿਸਟ ਕਿਹੜੇ ਰਹਿ ਗਏ ਜਿਨ੍ਹਾਂ ਕੋਲ ਡਿਜੀਟਲੀ ਆਪਣਾ ਸੀਗਾ ਕਿ ਉਹਨਾਂ ਨੂੰ ਉੱਥੋਂ ਸਟ੍ਰੀਮਾਂ ਤੋਂ ਹੀ ਸਭ ਕੁਛ ਆ ਰਿਹਾ ਸੀ ਸੋ ਤਾਂ ਕਰਕੇ ਮੈਨੂੰ ਵੀ ਹੁਣ ਇਹੀ ਆ ਕਿ ਆਡੀਓ ਹਮੇਸ਼ਾ ਸਟਰੋਂਗ ਰਹੇ ਤਾਂ ਕਿ ਜੇ ਕਦੇ ਵੀਡੀਓ ਦੇ ਵਿੱਚ ਮਾੜਾ ਮੋਟਾ ਵੱਧ ਘੱਟ ਹੋ ਵੀ ਜਾਵੇ ਤਾਂ ਆਡੀਓ ਕਦੇ ਮਰੇ ਨਾ ਹੈ ਨਾ ਕਿ ਜੇ ਲਾਏ ਆ ਤਾਂ ਉਹ ਪੂਰੇ ਹੋ ਜਾਣ ਤੁਹਾਨੂੰ ਲੈ ਕੇ ਤੁਸੀਂ ਪਹਿਲੀ ਵਾਰ ਪਰਫੋਰਮ ਕਰਨ ਜਾ ਰਹੇ ਹੋ ਇੱਕ ਵੈਰੀ ਇੰਟਰਸਟਿੰਗ ਐਸਪੈਕਟ ਆਫ ਯੂਰ ਕਰੀਅਰ ਐਜ਼ ਵੈਲ ਸੋ ਫਾਰ ਇਜ਼ ਦੈਟ ਵੀ ਅਕਸਰ ਜਿਹੜੇ ਆਰਟਿਸਟ ਨੇ ਕਲੈਬੋਰੇਸ਼ਨ ਤੋਂ ਬਹੁਤ ਡਰਦੇ ਆ ਵੀ ਕਲੈਬ ਨਹੀਂ ਕਰਨਾ ਸੀ ਜੇ ਕਰਨਾ ਤਾਂ ਬਹੁਤ ਵੱਡੇ ਸਕੇਲ ਦਾ ਹੋਣਾ ਚਾਹੀਦਾ ਨਵੇਂ ਆਰਟਿਸਟਾਂ ਦੇ ਨਾਲ ਥੋੜ੍ਹਾ ਘੱਟ ਕਰਦੇ ਨੇ You've given a chance to newcomers, but you've also done a lot of collaborations. Ezu din wale collaboration si. Tusi kade idda nahi hega vi nahi karne hai ki I'm going to stay away. Mainu lagda hai ki
ਫਲੇਵਰ ਹੋਣਾ ਮਿਊਜ਼ਿਕ ਦੇ ਵਿੱਚ ਬਹੁਤ ਜ਼ਰੂਰੀ ਆ ਹੈ ਨਾ। ਇਹ ਚੀਜ਼ਾਂ ਸਾਰਾ ਅਸੀਂ ਇੰਟਰਨੈਸ਼ਨਲੀ ਮਿਊਜ਼ਿਕ ਤੋਂ ਇੰਸਪਾਇਰ ਹੁੰਦੇ ਹਾਂ ਕਿਵੇਂ ਹੈ ਨਾ। ਈਸਟ ਦਾ ਆਰਟਿਸਟ ਵੈਸਟਰਨ ਦੇ ਨਾਲ ਕਲੈਬਰੇਸ਼ਨ ਕਰ ਰਿਹਾ, ਚੀਜ਼ਾਂ ਵੱਡੀਆਂ ਹੋ ਰਹੀਆਂ, ਆਡੀਅੰਸ ਜੁੜਦੀ ਆ ਹੈ ਨਾ, ਕਲਚਰ ਜੁੜਦੇ ਆ। ਮੈਨੂੰ ਇਹੀ ਟਰਾਈ ਰਹੀ ਆ ਕਿ ਆਰਟਿਸਟ ਵਧੀਆ ਹੋਣਾ ਚਾਹੀਦਾ, ਮੈਟਰ ਨਹੀਂ ਕਰਦਾ ਬਹੁਤ ਵੱਡੀ ਹਾਈਪ ਦਾ, ਬਹੁਤ ਛੋਟੀ ਹਾਈਪ ਦਾ, ਜਾਂ ਉਹਨੂੰ ਬਹੁਤ ਲਿਮਿਟਡ ਆਡੀਅੰਸ ਜਾਣਦੀ ਆ। ਜਸਟ ਜੇ ਕੋਈ ਆਰਟਿਸਟ ਵਧੀਆ ਆ ਉਹਦੇ ਨਾਲ ਬਲੈਂਡ ਹੋ ਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ, ਜੋਨਰ ਦੋ ਜੁੜ ਜਾਣੇ, ਕੁਛ ਵਧੀਆ ਨਿਕਲ ਜਾਣਾ। ਅਤੇ ਮੇਰਾ ਹਮੇਸ਼ਾ ਇਹਦੇ ਵਿੱਚ ਬਿਲੀਵ ਰਿਹਾ ਕਿ ਮੈਂ ਇੱਕ ਕਲੈਬੋਰੇਸ਼ਨ ਵਾਲਾ ਹੀ ਆਰਟਿਸਟ ਹਾਂ। ਜੇ ਕੋਈ ਚੰਗਾ ਆ ਮੇਰੀ ਉਹਦੇ ਲਈ ਹਮੇਸ਼ਾ ਯੈਸ ਆ ਕਿ ਮੈਂ ਰੈਡੀ ਹਾਂ ਉਹਦੇ ਲਈ ਕਲੈਬੋਰੇਸ਼ਨ ਕਰ ਲਈ। ਮੇਰਾ ਕਦੀ ਵੀ ਉਹ ਨਹੀਂ ਹੋਇਆ ਕਿ ਉਹ ਆਰਟਿਸਟ ਬਹੁਤ ਵੱਡਾ ਹੋਣਾ ਚਾਹੀਦਾ ਆ, ਜਾਂ ਉਹ ਆਰਟਿਸਟ ਦੇ ਇੰਨੇ ਫੈਨ ਆ, ਜਾਂ ਮੈਂ ਉਹਦੇ ਨਾਲ ਦੱਬ ਨਾ ਜਾਵਾਂ। ਮੈਨੂੰ ਹੁੰਦਾ ਕਿ ਮੈਂ ਆਪਣਾ ਬਾਰ ਦਿੱਤਾ, ਮੇਰਾ ਬਾਰ ਬੈਸਟ ਹੋਵੇ, ਉਹਦਾ ਆਪਣਾ ਬੈਸਟ ਹੋਵੇ। ਹਮੇਸ਼ਾ ਇਹੀ ਕਰਦੇ ਹਾਂ, ਆਪਣਾ ਆਪਣਾ ਜਾਂ ਫਿਰ ਇਕੱਠੇ ਬਲੈਂਡ ਹੁੰਦੇ ਆ ਇੱਕ ਬੀਟ 'ਤੇ ਇੱਕ ਗਾਣਾ ਬਣਾਉਂਦੇ ਆ, ਕੁਛ ਨਾ ਕੁਛ ਵਧੀਆ ਬਣਿਆ। ਟੱਚਵੁੱਡ ਹੁਣ ਤੱਕ ਜਿੰਨੀਆਂ ਵੀ ਕਲੈਬਰੇਸ਼ਨਸ ਆਈਆਂ ਉਹ ਸਾਰੇ ਗਾਣੇ ਨੂੰ ਸਾਰਿਆਂ ਨੇ ਸਲਾਹਿਆ ਆ ਕਿ ਕਦੇ ਇਵੇਂ ਨਹੀਂ ਹੋਇਆ ਵੀ ਹਾਂ ਇਹ ਠੀਕ ਗਿਆ, ਇੰਨਾ ਵਧੀਆ ਨਹੀਂ। ਐਜ਼ੂ ਨਾਲ ਵੀ ਉਹ ਵੀ ਵਧੀਆ, ਅਮਰ ਨਾਲ ਹੀ ਮੇਰੇ ਸਾਰੇ ਕਲੈਬਰੇਸ਼ਨ ਵਾਲੇ ਗਾਣੇ ਸਭ ਤੋਂ ਵੱਡੇ ਮੈਨੂੰ ਲੱਗਦਾ। ਸੋ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਬਿਕਾਜ਼ ਵੀ ਗੋਇੰਗ ਟੂ ਅ ਬ੍ਰੇਕ, ਜ਼ਰੂਰ ਇੱਕ ਆਪਣਾ ਗਾਣਾ, ਹਾਂਜੀ ਹਾਂਜੀ, ਤੁਹਾਡਾ ਰੀਸੈਂਟਲੀ ਰਿਲੀਜ਼ ਹੋਇਆ ਉਹ ਜ਼ਰੂਰ ਸੁਣਾਓ। ਕਰ ਲੂੰਗਾ ਵੇਟ ਮੈਂ ਤਾਂ, ਮੈਨੂੰ ਕੋਈ ਕਾਲੀ ਨਹੀਂ, ਚਿੱਲ ਹੋ ਕੇ ਸੋਚੋ ਲੈਣੀ ਟੈਂਸ਼ਨ ਵੀ ਬਾਲੀ ਨੀ, ਥੋੜੀ ਜੀ ਤਰੀ ਦੱਸਾਂ ਮੈਂ ਬਰੀ, ਗਲ ਵਿੱਚ ਨੈਕਲੈਸ ਲੱਕ ਤੋਂ ਬਰੀਕ ਹੈ, ਹਾਂਜੀ ਹਾਂਜੀ ਠੀਕ ਹੈ, ਜੇ ਲੈਣਾ ਤੁਸੀਂ ਵੀ ਕਹਿ, ਸੁਰਖ ਜੇ ਬੁੱਲਾਂ ਕੋਲੋਂ ਡਿੱਗਦਿਆਂ ਫੁੱਲਾਂ ਕੋਲੋਂ, ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਹੈ, ਹਾਂਜੀ ਹਾਂਜੀ ਠੀਕ ਹੈ। That's very nice. We're going to take a break and we'll be back.